ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਹੋ ਸਾਰੇ? ਅੱਜ ਦਾ ਜੋ ਬਲੌਗ ਆ ਉਹ ਹੈਗਾ ਕੈਨਨ M50 ਮਾਰਕ 2 ਬਾਰੇ। ਕੈਨਨ M50 ਮਾਰਕ 2 ਇੱਕ ਪਾਪੂਲਰ ਕੈਮਰਾ ਜੋ ਕਿ ਯੂਟਿਊਬਰ ਵਾਸਤੇ ਬਹੁਤ ਵਧੀਆ। ਅਤੇ ਜਦੋਂ ਮੈਂ ਕੈਮਰਾ ਲੈਣਾ ਸੀ ਅੱਜ ਤੋਂ 3-4 ਮਹੀਨੇ ਪਹਿਲਾਂ, ਤਾਂ ਮੈਂ ਯੂਟਿਊਬ 'ਤੇ ਕਾਫੀ ਸਰਚ ਕੀਤੀ ਤਾਂ ਮੈਨੂੰ ਇਸ ਕੈਮਰੇ ਦੀ ਬਾਬਤ ਇਹ ਵਧੀਆ ਲੱਗਿਆ। ਪਰ ਉੱਥੇ ਮੈਂ ਦੇਖਿਆ ਕਿ ਪੰਜਾਬੀ ਵੀਡੀਓ ਬਹੁਤ ਘੱਟ ਜਿਹੜੀ ਉਹ ਕੈਮਰਿਆਂ ਦੇ ਬਾਬਤ ਬਣੀ ਹੁੰਦੀ ਆ। ਅਤੇ ਫਿਰ ਮੈਂ ਸੋਚਿਆ ਇਹਦਾ ਰਿਵਿਊ ਕਰੀਏ ਜਾਂ ਇਹਦੇ ਬਾਰੇ ਦੱਸੀਏ ਕੈਨਨ M50 ਮਾਰਕ ਬਾਰੇ। ਅਤੇ ਆ ਜਾਓ ਆਪਾਂ ਗੱਲਬਾਤ ਕਰਦੇ ਹਾਂ। ਸੋ ਜਿਹੜਾ ਇਹ ਕੈਮਰਾ ਹੈ ਕੈਨਨ M50 ਇੱਕ ਮਿਰਰਲੈਸ ਕੈਮਰਾ ਹੈ ਅਤੇ ਇਹਦੇ ਵਿੱਚ ਜਿਹੜਾ ਵਿਊ ਫਾਇੰਡਰ ਵੀ ਆਪਾਂ ਨੂੰ ਮਿਲ ਜਾਂਦਾ ਹੈ ਅਤੇ ਜਿਹੜੀ ਸਕਰੀਨ ਆ ਉਹ ਵੀ ਇਹਦੀ ਰੋਟੇਟ ਆ, ਜਿੱਧਰ ਨੂੰ ਮਰਜ਼ੀ ਕਰਕੇ ਆਪਾਂ ਸ਼ੂਟ ਕਰ ਸਕਦੇ ਹਾਂ। ਜਿਵੇਂ ਬਲੌਗਿੰਗ ਵਗੈਰਾ ਵਾਸਤੇ ਵੀ ਇਹ ਕੈਮਰਾ ਬਹੁਤ ਵਧੀਆ ਵਾ। ਸੋ ਜਿੱਦਾਂ DSLR ਆਉਂਦੇ ਹੁੰਦੇ ਆ ਅਤੇ ਉਸੇ ਤਰ੍ਹਾਂ ਇਹ ਜਿਹੜਾ ਇੱਕ ਮਿਰਰਲੈਸ ਆ ਜਿਹੜਾ ਅੱਜ ਕੱਲ੍ਹ ਜ਼ਿਆਦਾ ਚੱਲਦਾ ਵਾ, DSLR ਦੀ ਜਿਹੜੀ ਆ ਡਿਮਾਂਡ ਘੱਟ ਗਈ ਅਤੇ ਮਾਰਕੀਟ ਦੇ ਵਿੱਚ ਮਿਰਰਲੈਸ ਦੀ ਜ਼ਿਆਦਾ ਵਾ। DSLR ਕੈਮਰੇ ਦੇ ਜਿਹੜਾ ਵਿਊ ਫਾਇੰਡਰ ਹੁੰਦਾ ਉਹਦੇ ਵਿੱਚ 9 ਆਟੋ ਫੋਕਸ ਹੁੰਦੇ ਆ, ਇਹਦੇ ਵਿੱਚ ਜ਼ਿਆਦਾ ਹੁੰਦੇ ਆ। ਇਹਦੇ ਲੈਂਜ ਆ ਮਿਰਰਲੈਸ ਦੇ ਉਹ ਅਲੱਗ ਹੁੰਦੇ ਆ, ਅਤੇ ਜੇ ਤੁਸੀਂ DSLR ਦੇ ਲੈਂਜ ਵੀ ਲਾਉਣੇ ਚਾਹੁੰਦੇ ਆ ਉਹ ਥੋੜ੍ਹੇ ਜਿਹੇ ਸਸਤੇ ਮਿਲ ਜਾਂਦੇ ਆ। ਉਹਦੇ ਵਾਸਤੇ ਆਪਾਂ ਨੂੰ ਇਹਦੇ 'ਤੇ ਅਡਾਪਟਰ ਲਾਉਣਾ ਪੈਂਦਾ। ਖਾਸੀਅਤ ਇਹਦੀ ਡਿਸਪਲੇ ਜਿਹੜੀ ਫੁੱਲ ਟੱਚ ਆ, ਟੱਚ ਤੋਂ ਹੀ ਤੁਸੀਂ ਇਹਨੂੰ ਕੰਟਰੋਲ ਕਰ ਸਕਦੇ ਹੋ। ਫੋਟੋ ਖਿੱਚਣੀ ਆ ਜਾਂ ਵੀਡੀਓ ਪਲੇ ਕਰਨੀ ਆ ਉਹ ਤੁਸੀਂ ਮੋਬਾਈਲ ਦੇ ਵਾਂਗੂ ਜਿਹੜਾ ਆਟੋ 'ਤੇ ਇਹਨੂੰ ਕੰਟਰੋਲ ਕਰ ਸਕਦੇ ਹੋ। ਅਤੇ ਬਾਕੀ ਜਿਵੇਂ ਤੁਸੀਂ ਵਲੌਗਿੰਗ ਵਗੈਰਾ ਕਰਦੇ ਆ ਉੱਥੇ ਇਹ ਜਿਹੜੀ ਆ ਬਹੁਤ ਕੰਮ ਆਉਂਦੀ ਆ, ਕਿਉਂਕਿ ਪੂਰਾ ਟੱਚ ਦੇ ਉੱਤੋਂ ਤੁਸੀਂ ਕੰਟਰੋਲ ਕਰ ਸਕਦੇ ਹੋ। ਤੁਹਾਨੂੰ ਬੈਕ ਜਾ ਕੇ ਉੱਧਰ ਦੇਖਣ ਦੀ ਲੋੜ ਨਹੀਂ ਰਿਕਾਰਡਿੰਗ ਹੋ ਰਹੀ ਆ ਜਾਂ ਨਹੀਂ ਹੋ ਰਹੀ, ਅਤੇ ਇੱਥੋਂ ਹੀ ਤੁਹਾਨੂੰ ਸਾਰਾ ਸਕਰੀਨ 'ਤੇ ਡਿਸਪਲੇ 'ਤੇ ਦੇਖ ਸਕਦੇ ਹਾਂ। ਇੱਥੋਂ ਹੀ ਇਹਨੂੰ ਔਨ ਕਰ ਸਕਦੇ ਹਾਂ ਰਿਕਾਰਡਿੰਗ, ਇੱਥੋਂ ਹੀ ਜਿਹੜੀ ਆ ਔਫ ਕਰ ਸਕਦੇ ਹਾਂ। ਇਹ ਵੀ ਇੱਕ ਇਹਦੀ ਖਾਸੀਅਤ ਆ ਕੈਮਰੇ ਦੀ, ਜੋ ਕਿ ਇੰਨੀ ਰੇਂਜ ਦੇ ਕੈਮਰਿਆਂ 'ਚ ਬਹੁਤ ਘੱਟ ਮਿਲਦਾ ਵਾ। ਬਾਕੀ ਜੋ ਇਹਦੀ ਸੈਟਿੰਗ ਆ ਜਿੱਦਾਂ ਉੱਦਾਂ ਕੈਨਨ ਦੇ ਕੈਮਰੇ ਆਮ ਹੁੰਦੇ ਆ ਉੱਦਾਂ ਹੀ ਇਹਦੀ ਸਾਰੀ ਹੈਗੀ ਆ, ਜਿਹੜੇ ਬਟਨਾਂ ਦੀ ਆ DSLR ਦੇ ਜਿੰਨੇ ਹੁੰਦੇ ਆ ਉੱਦਾਂ ਹੀ ਇਸ ਮਿਰਰਲੈਸ ਕੈਮਰੇ ਦੇ ਤੁਹਾਨੂੰ ਵਿੱਚ ਸਾਰਾ ਕੁਝ ਮਿਲ ਜੂਗਾ। ਸੋ ਜਿਹਦੇ ਵਿੱਚ ਇਹ ਲਾਲ ਬਟਨਾ ਇਹ ਰਿਕਾਰਡਿੰਗ ਦਾ ਮਿਲ ਜੂਗਾ, ਉਦੋਂ ਬਾਅਦ ਇਸ ਬਟਨ ਦੇ ਉੱਤੋਂ ਤੁਸੀਂ ਜਿਹੜੀ ਫੋਟੋ ਕਲਿੱਕ ਕਰ ਸਕਦੇ ਹੋ, ਅਤੇ ਇਹਦੇ ਨਾਲ ਹੀ ਇੱਕ ਰਿੰਗ ਆ ਜਿਹਦੇ ਉੱਤੇ ਤੁਸੀਂ ISO ਵਗੈਰਾ ਜਿਹੜਾ ਉਹ ਸਿੱਧਾ ਕੰਟਰੋਲ ਕਰ ਸਕਦੇ ਹੋ। ਅਤੇ ਇਹਦੇ ਸਾਈਡ 'ਤੇ ਜਿਹੜਾ ਇਹਦਾ ਹੈਗਾ ਵਾ HDMI ਪੋਰਟ ਉਹ ਹੈਗਾ ਵਾ ਇਹਦੇ ਵਿੱਚ ਜਿਹੜਾ ਉਹ ਲਾ ਸਕਦੇ ਤੁਸੀਂ, ਅਤੇ ਉੱਪਰ ਜਿਹੜੀ ਡਾਟਾ ਕੇਬਲ ਲਾ ਸਕਦੇ ਆ, ਅਤੇ ਇੱਥੇ ਤਾਂ ਜਿਹੜਾ ਵਾਈਫਾਈ ਜਿਹੜਾ ਦਾ ਬਟਨ ਆ ਉਹ ਇੱਥੋਂ ਤੁਸੀਂ ਔਨ ਕਰਕੇ ਮੋਬਾਈਲ ਵਗੈਰਾ ਇਹਦੇ ਨਾਲ ਅਟੈਚ ਕਰ ਸਕਦੇ ਹੋ। ਅਤੇ ਬਾਕੀ ਇਹਦੇ ਉੱਦਾਂ ਹੀ ਬਟਨ ਆ, ਇੱਥੋਂ ਵੀਡੀਓ ਵਗੈਰਾ ਤੁਸੀਂ ਜੋ ਫੋਟੋ ਲਏ ਉਹ ਕੱਢ ਕੇ ਦੇਖ ਸਕਦੇ ਆ। ਮੀਨੂ ਦਾ ਬਟਨ ਆ ਅਤੇ ਡਿਲੀਟ ਜਿਹੜਾ ਆਟੋ ਫੋਕਸ ਦਾ ਬਟਨ ਆ, ਸਾਰੇ ਜਿੱਦਾਂ DSLR ਚੈੱਕ ਹੁੰਦੇ ਆ ਉੱਦਾਂ ਦੀ ਤੁਹਾਨੂੰ ਇਹਦੇ ਵਿੱਚ ਸਾਰੇ ਫੰਕਸ਼ਨ ਮਿਲ ਜਾਣਗੇ। ਅਤੇ ਇੱਦਾਂ ਹੀ ਇਹਦੀ ਜਿਹੜੀ ਦੂਸਰੀ ਸਾਈਡ ਆ ਇਹਦੇ ਵਿੱਚ ਤੁਹਾਨੂੰ ਇੱਥੇ ਜਿਹੜਾ ਤੁਸੀਂ ਮਾਈਕ ਲਾਉਣਾ ਜੇ ਐਕਸਟਰਾ ਕੋਈ ਉਹ ਵੀ ਲਾ ਸਕਦੇ ਹਾਂ, ਮਾਈਕ ਦੀ ਪੈਨ ਵੀ ਦਿੱਤੀ ਹੋਈ ਆ। ਅਤੇ ਇਹਦੇ ਥੱਲੜੇ ਪਾਸੇ ਜਿਹੜਾ ਉਹ ਇੱਥੋਂ ਖੋਲ੍ਹ ਕੇ ਆਪਾਂ ਬੈਟਰੀ ਚੇਂਜ ਕਰ ਸਕਦੇ ਹਾਂ, ਅਤੇ SD ਕਾਰਡ ਆ ਜਿਹੜਾ ਉਹ ਵੀ ਇੱਥੋਂ ਹੀ ਪੈਂਦਾ। ਉਸ ਤੋਂ ਬਾਅਦ ਜਿਹੜਾ ਇਹਦਾ ਆ ਜਾਂਦਾ ਵਾ ਆਪਣਾ ਜਿਵੇਂ ਤੁਸੀਂ ਕਿਤੇ ਮਾਊਂਟ ਦੇ ਉੱਪਰ ਕਰਨਾ ਕਨੈਕਟ ਵਗੈਰਾ ਉਹ ਕਰ ਸਕਦੇ ਹਾਂ। ਸੋ ਇਸ ਦੇ ਨਾਲ 15-45 ਲੈਂਜ ਦਿੱਤਾ ਵਾ, ਜੋ ਕਿ ਲੈਂਜ ਵੀ ਮੈਨੂੰ ਬਹੁਤ ਵਧੀਆ ਲੱਗਦਾ, ਜਿਹਦੇ ਨਾਲ ਆਪਾਂ ਬਲੌਗਿੰਗ ਪੂਰੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਜੇ ਆਪਾਂ ਕੋਈ ਫੋਟੋਗ੍ਰਾਫੀ ਵੀ ਕਰਨੀ ਆ ਉਹਦੇ ਬਾਬਤ ਵੀ ਵਧੀਆ ਵਾ ਇਹ ਲੈਂਜ। ਸੋ ਮੈਨੂੰ ਵਧੀਆ ਕੰਮ ਦਿੰਦਾ ਵਾ। ਪਰ ਜੇ ਤੁਸੀਂ ਫਿਰ ਵੀ ਅਲੱਗ ਤੋਂ ਕੋਈ ਲੈਂਜ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ, ਜਿਵੇਂ ਤੁਸੀਂ ਕੋਈ ਜ਼ੂਮ ਲੈਂਜ ਲੈਣਾ, ਜਾਂ ਮੈਂ ਇਹਦੇ ਨਾਲ ਅੱਗੇ ਜਾ ਕੇ ਸੋਚਦਾ ਕਿ ਮੈਂ ਜੋ ਕਾਫੀ ਪਾਪੂਲਰ ਲੈਂਜ ਆ 50mm ਲੈਂਜ ਜਿਹੜਾ ਕੈਨਨ ਦਾ ਉਹ ਲਊਂਗਾ। ਇਸ ਵਿੱਚ ਤੁਸੀਂ ਫੁੱਲ HD ਵੀਡੀਓ ਰਿਕਾਰਡ ਕਰ ਸਕਦੇ ਹੋ ਅਤੇ 4K ਵੀਡੀਓ ਵੀ ਰਿਕਾਰਡ ਕਰ ਸਕਦੇ ਹੋ, ਪਰ 4K ਵੀਡੀਓ ਦੇ ਵਿੱਚ ਤੁਹਾਨੂੰ ਕਰੋਪ ਮਿਲੂਗਾ ਜੋ ਬਾਹਲਾ ਤਾਂ ਨਹੀਂ, ਅਤੇ ਦੂਸਰਾ 4K ਵੀਡੀਓ ਵਿੱਚ ਤੁਹਾਨੂੰ ਜਿਹੜਾ ਸਟੇਬਲਾਈਜ਼ਰ ਹੁੰਦੀ ਆ ਆਪਣੀ ਉਹ ਇਹਦੇ ਵਿੱਚ ਨਹੀਂ ਆਉਣ ਹੁੰਦੀ, ਗਿੰਬਲ ਦੇ ਨਾਲ ਹੀ ਤੁਹਾਨੂੰ ਕੰਮ ਕਰਨਾ ਪਊਗਾ ਤਾਂ ਤੁਹਾਡਾ ਵਧੀਆ ਰਿਜ਼ਲਟ ਮਿਲ ਸਕਦਾ। ਸੋ ਜਿਸ ਬਜਟ ਦੇ ਵਿੱਚ ਇਹ ਕੈਮਰਾ ਆਉਂਦਾ ਵਾ ਉਸ ਬਜਟ ਦੇ ਵਿੱਚ ਜਿਹੜਾ ਕੋਈ ਪ੍ਰੋਪਰ ਕੈਮਰਾ ਨਹੀਂ ਮਿਲਦਾ, ਪਰ ਇਹਦੇ ਵਿੱਚ ਤੁਹਾਨੂੰ ਸਾਰੇ ਫੰਕਸ਼ਨ ਮਿਲ ਜਾਂਦੇ ਆ ਜੋ ਇੱਕ ਚੰਗੇ ਕੈਮਰੇ 'ਚ ਚਾਹੀਦੇ ਆ। ਇਹਦੀ ਜਿਹੜੀ ਸਕਰੀਨ ਆ ਉਹ ਰੋਟੇਟ ਹੋ ਜਾਂਦੀ ਆ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ, ਅਤੇ ਬਾਕੀ ਇਹਦੇ ਵਿੱਚ ਵਿਊ ਫਾਇੰਡਰ ਵੀ ਹੈਗਾ ਵਾ ਜੋ ਕਿ ਇਲੈਕਟ੍ਰੋਨਿਕ ਆ, ਔਰ ਇਹਦੇ ਆਪਾਂ ਲੈਂਜ ਵੀ ਚੇਂਜ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਇਹਦੇ ਆਪਣੇ ਜਿਹੜੇ M-series ਦੇ ਲੈਂਜ ਵੀ ਲਾ ਸਕਦੇ ਹਾਂ ਜੋ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਆ, ਪਰ ਤੁਸੀਂ ਡਾਪਟਰ ਲਾ ਕੇ ਜਿਹੜੇ DSLR ਵਾਲੇ ਲੈਂਜ ਆ ਉਹ ਵੀ ਇਹਦੇ 'ਤੇ ਵਰਤ ਸਕਦੇ ਹੋ। ਸੋ 4K ਵੀਡੀਓ ਵੀ ਰਿਕਾਰਡ ਹੁੰਦੀ ਹੈ ਅਤੇ ਫੁੱਲ HD ਵੀਡੀਓ ਵੀ ਰਿਕਾਰਡ ਆਉਂਦੀ ਆ, ਅਤੇ ਇਹਦਾ ਜਿਹੜਾ ਰਿਜ਼ਲਟ ਵੀ ਬਹੁਤ ਵਧੀਆ ਵਾ। ਸੋ ਇਹਦੇ ਵਿੱਚ ਤੁਹਾਨੂੰ ਬਲੂਟੁੱਥ, ਵਾਈਫਾਈ,
कनैक्टिंग करने वास्ते भी मिल जाएगा, जिम्मे अपने मोबाइल के नाल कनैक्ट करके जो डायरैक्टली जिहड़ियां आपदियां फोटोआं आपां इत्थों फोन दे विच ट्रांसफर कर सकते हैं। तो कैनन भी एक ऐप आउंदी है जिहदे नाल जिहड़ा कैमरा भी फुल जिहड़ा मोबाइल तो कंट्रोल भी हो जाता, जिहदे नाल आपां उस तों भी मोनीटरिंग भी कर सकते हैं। हुण आपां जिहड़ा इहदा टैस्ट करते हैं वीडियोग्राफी का तो फोटोग्राफी का, पहला आप फोटोग्राफी करा थोनों दिखावे 15:45 के नाल जी फोटो क्वालिटी किदा दी आ, तो उस तो बाद थोनू वीडियो की क्वालिटी भी दिखावे। आओ फिर चलते हैं। सो मैनू यह जो कैमरा 57,900 का पिया, बाकी फ्लिपकार्ट या एमाजोन चैक करोगे कई बार रेट घट भी जाते हैं, बाकी जोड़े ऑफलाइन रेट आती पता कर सकते हो। सो बेस्ट कैमरा वा यूट्यूबर वास्ते, जरूर ट्राई करो। सो हूँ तुम जी वीडियो देख रहे हैं ये कैनन M50 Mark II की आ, कि लगे थोड़ा यदा रिजल्ट अपने कमेंट करके दस्यो, तो चैनल सबसक्राइब कर लियो। मिलते हैं इदा ही अगले ब्लॉग च। सत श्री अकाल जी।